ਸਬਜ਼ੀਆਂ ਵੇਚਣ ਵਾਲਾ ਪਹੁੰਚ ਗਿਆ ਕਿਸਾਨਾਂ ਦੇ ਲੱਗੇ ਧਰਨੇ ਵਿੱਚ। ਦਿਲ ਖੋਲ੍ਹ ਕੇ ਮੁਫ਼ਤ ਵਿੱਚ ਕਿਸਾਨਾਂ ਨੂੰ ਸਬਜ਼ੀਆਂ ਦੇ ਕੇ ਕਿਸਾਨੀ ਅੰਦੋਲਨ ਵਿੱਚ ਪਾਇਆ ਆਪਣਾ ਯੋਗਦਾਨ। ਦੱਸ ਦਈਏ ਕਿ ਜਿੱਥੇ ਕਿ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਧਰਨੇ ਦਿੱਤੇ ਜਾ ਰਹੇ ਹਨ ਅਤੇ ਇਹਨਾਂ ਕਿਸਾਨਾਂ ਦੀ ਹਰ ਇੱਕ ਵਿਅਕਤੀ ਵੱਲੋਂ ਕਿਸੇ ਨਾ ਕਿਸੇ ਰੂਪ ਵਿੱਚ ਸਹਾਇਤਾ ਕਰਕੇ ਕਿਸਾਨੀ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਅੱਜ BKU ਡਕੌਂਦਾ ਵੱਲੋਂ ਡੱਬਵਾਲੀ ਬਾਰਡਰ 'ਤੇ ਜੋ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਇਹਨਾਂ ਕਿਸਾਨਾਂ ਦੇ ਲੱਗੇ ਧਰਨੇ ਵਿੱਚ ਸਬਜ਼ੀਆਂ ਵੇਚਣ ਵਾਲਾ ਇੱਕ ਨੌਜਵਾਨ ਬਲਦੇਵ ਸਿੰਘ ਮਹਾਲੀਆ ਸਬਜ਼ੀਆਂ ਲੈ ਕੇ ਇਸ ਧਰਨੇ ਵਿੱਚ ਪਹੁੰਚ ਗਿਆ। ਇਸ ਮੌਕੇ ਕੀ ਕਿਹਾ ਸਬਜ਼ੀਆਂ ਵੇਚਣ ਵਾਲੇ ਬਲਦੇਵ ਸਿੰਘ ਮਹਾਲੀਆ ਅਤੇ ਧਰਨਾ ਦੇ ਰਹੇ ਕਿਸਾਨਾਂ ਨੇ ਤੁਹਾਨੂੰ ਸੁਣਾਉਂਦੇ ਹਾਂ। ਮੇਰਾ ਨਾਮ ਬਲਦੇਵ ਸਿੰਘ ਹੈ, ਪਿੰਡ ਮਹਾਲਾ। ਇਹ ਜੋ ਡੱਬਵਾਲੀ ਬਾਰਡਰ 'ਤੇ ਧਰਨਾ ਲੱਗਿਆ ਡਕੌਂਦਾ ਯੂਨੀਅਨ ਵੱਲੋਂ, ਅਤੇ ਉਹਦੇ ਵਾਸਤੇ ਲੈ ਕੇ ਆਏ ਜੀ ਲੰਗਰ ਵਾਸਤੇ। ਅਤੇ ਅਸੀਂ ਹੋਰ ਵੀ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਜਿੰਨਾ ਵੀ ਉਹਦਾ ਸਹਿਯੋਗ ਦੇਣਾ ਦੇ ਸਕਦੇ ਆ। ਅਤੇ ਦੂਸਰਾ ਕਹਿਣ ਦਾ ਭਾਵ ਆ ਸਾਡਾ ਵੀ ਜਿਵੇਂ ਕਿਸਾਨੀ ਨਾਲ ਸਾਡਾ ਜੋ ਵੀ ਕੰਮ ਧੰਦਾ ਜੁੜਿਆ ਜੀ, ਅਤੇ ਜੇ ਕਿਸਾਨੀ ਜਿਉਂਦੀ ਹੈ ਅਤੇ ਹਰੇਕ ਮੰਨ ਲਓ ਗਰੀਬ ਵਰਗ ਜਾਂ ਹਰੇਕ ਵਰਗ ਨੂੰ ਕਿਸਾਨੀ ਤੋਂ ਹੀ ਚੱਲਦਾ ਜੋ ਸਿਸਟਮ ਚੱਲਦਾ ਜੀ। ਅਸੀਂ ਸਰਕਾਰ ਨੂੰ ਵੀ ਇਹੀ ਅਪੀਲ ਕਰਦੇ ਹਾਂ ਵੀ ਜੋ ਕਿਸਾਨਾਂ ਦੀਆਂ ਮੰਗਾਂ ਇਹਨਾਂ ਨੂੰ ਮੰਨਣ ਅਤੇ ਇਸ ਦੇ ਵਾਸਤੇ ਕੋਈ ਵਿਚਾਰ ਵਟਾਂਦਰਾ ਕੀਤਾ ਜਾਵੇ ਜੀ। ਨਾਮ ਇਕਬਾਲ ਸਿੰਘ ਪਥਰਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਮਨਜੀਤ ਸਿੰਘ ਧਨੇਰ, ਬਲਾਕ ਜਨਰਲ ਸਕੱਤਰ। ਇਹ ਵੀਰ ਜਿਹੜੇ ਸਬਜ਼ੀ ਲੈ ਕੇ ਆਏ ਨਾ, ਇਹ ਪਿੰਡ ਮਹਾਲਾਂ ਤੋਂ ਹੈ। ਅਸੀਂ ਇਹਨਾਂ ਦਾ ਇੱਥੇ ਸਬਜ਼ੀ ਲਿਆਉਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਬਹੁਤ ਵਧੀਆ ਕੰਮ ਹੈ ਇਹਨਾਂ ਨੇ, ਜੋ ਆਪਦੀ ਕਿਰਤ ਕਮਾਈ ਦੇ ਵਿੱਚੋਂ ਜਿੰਨਾ ਵੀ ਹਿੱਸਾ ਕੱਢਿਆ ਦਾਨ ਦਾ, ਇਹਨਾਂ ਨੇ ਲੋਕਾਂ ਦਾ ਇਕੱਠ ਇਹਨਾਂ ਦੀਆਂ ਮੰਗਾਂ ਨੂੰ ਵੇਖਦੇ ਹੋਏ ਹਰ ਇੱਕ ਦਾ ਇਹ ਜਜ਼ਬਾ ਹੈ ਵੀ ਜਿੰਨਾ ਕੁ ਵੀ ਜਿਹੜੇ ਲੋਟ ਵੀ ਹਿੱਸਾ ਪੈਂਦਾ ਹੈ ਅੰਦੋਲਨ ਦੇ ਵਿੱਚ ਉਸੇ ਲੋਟ ਹੀ ਪਾਉਂਦੇ ਨਾ, ਅਤੇ ਇਸ ਕਰਕੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਅਗਲਾ ਜੋ ਇੱਥੇ ਕੱਲ੍ਹ ਨੂੰ 4-5 ਜ਼ਿਲ੍ਹਿਆਂ ਤੋਂ ਵੱਡੇ ਕਾਫਲੇ ਜਿਹੜੇ ਟਰਾਲੀਆਂ ਲੈ ਕੇ ਸਾਡੇ ਕੋਲ ਪਹੁੰਚ ਰਹੇ ਨੇ, ਜਿਵੇਂ ਮੁਕਤਸਰ ਸਾਹਿਬ, ਜਲਾਲਾਬਾਦ, ਫਿਰੋਜ਼ਪੁਰ, ਫਾਜ਼ਿਲਕਾ, ਇੱਥੇ ਕੱਲ੍ਹ ਨੂੰ ਵੱਡੇ ਇਕੱਠ ਹੋ ਜਾਣੇ ਨਾ। ਅਤੇ ਉਸ ਤੋਂ ਬਾਅਦ ਜਿਵੇਂ ਸਾਨੂੰ ਕਾਲ ਆਊਗੀ ਫਿਰ ਅਸੀਂ ਵੇਖਾਂਗੇ ਇਹਨਾਂ ਦੇ ਜਿਹੜੇ ਇਹ ਬੈਰੀਕੇਟ ਅਤੇ ਜਾਂ ਇਹ ਪੱਤੀਆਂ ਲਾਈ ਬੈਠੇ ਨਾ ਵੀ ਇਹ ਸਾਡੇ ਮੂਹਰੇ ਕਿੰਨਾ ਕੁ ਚਿਰ ਅੜਦੀਆਂ ਨਾ। ਐਂ ਕਹਿੰਦੇ ਇੱਕ ਪਹਿਲਾਂ ਸਾਡਾ ਸੰਗਤ ਬਲਾਕ ਦਾ ਸੀ ਕੱਲਾ, ਅੱਜ ਸਾਡਾ ਜਨਰਲ ਸਕੱਤਰ ਵੀ ਹੈਗਾ, ਮਹਿਮਾ ਵੀ, ਹੁਣ ਕੱਲ੍ਹ ਨੂੰ ਬਹੁਤ ਭਾਰੀ ਇਕੱਠ ਹੈ ਸਾਡੇ ਇੱਧਰੋਂ, 4 ਜ਼ਿਲ੍ਹਿਆਂ ਦੀ ਫੋਰਸ ਹੋਰ ਜੂਗੀ, ਬਾਕੀ ਨੇੜੇ ਨੇੜੇ ਪਿੰਡਾਂ 'ਚ ਇਕੱਠ ਵਧੀ ਜਾਂਦਾ, ਘੱਟਦਾ ਨਹੀਂ ਗਾ। ਅਗਲਾ ਇੱਥੇ ਆ ਪੱਕਾ ਮੋਰਚਾ ਲਾ ਕੇ ਬਹਿ ਗਏ, ਜਿਵੇਂ ਉੱਧਰੋਂ ਕਾਲ ਆਊਗੀ ਕੋਈ ਸਾਡਾ ਸੰਯੁਕਤ ਮੋਰਚੇ ਦਾ ਫੈਸਲਾ ਹੋ ਗਿਆ ਫਿਰ ਪੱਟਾਂਗੇ ਅਸੀਂ ਵੀ। ਬਾ ਇਹਨਾਂ ਦਾ ਸਾਰੇ ਇਹਨਾਂ ਦਾ ਨੌਜਵਾਨਾਂ ਦਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਬਾਕੀ ਆ ਪਿੰਡ ਬਾੜੀ ਆ ਨੇੜੇ ਡੱਬਵਾਲੀ ਵਾਲੇ, ਇਹ ਵੀ ਬਹੁਤ ਮਦਦ ਕਰਦੇ, ਜਿਹੜੇ ਨੌਜਵਾਨ ਆਏ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਸਾਰਿਆਂ ਦਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ। ਇਹਨਾਂ ਨੇ ਘੋਲ ਜਿੱਤਣਾ, ਅਸੀਂ ਇਹ ਸਾਰੇ ਨਾਲ ਹੈ ਸਾਡੇ।